ਵਿੱਚ ਫਿਰ ਵੀ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਨੇ ਉਹਨਾਂ ਸਪੈਸ਼ਲ ਆਪਰੇਸ਼ਨ ਦਾ ਅੱਜ ਹਿੱਸਾ ਹੈ ਸਰ ਹਾਈ ਅਲਰਟ ਤੇ ਸਟੇਟ ਆਪਣਾ ਕੀ ਡਾਇਰੈਕਸ਼ਨ ਦਿੱਤੇ ਜਾ ਰਹੇ ਨੇ ਡਿਸਟ੍ਰਿਕਟ ਨੂੰ ਡਿਸਟ੍ਰਿਕਟ ਨੂੰ ਇਹੋ ਹੀ ਡਾਇਰੈਕਸ਼ਨ ਦਿੱਤੇ ਜਾ ਰਹੇ ਨੇ ਕਿ ਡਿਸਟ੍ਰਿਕਟਸ ਜਿਹੜੀਆਂ ਨੇ ਆਪਣੇ ਜਿਹੜੀ ਉਹਨਾਂ ਦੀ ਲੋਅ ਐਂਡ ਆਰਡਰ ਦੇ ਪੱਖੋਂ ਜਿਹੜੀਆਂ ਡਿਊਟੀਆਂ ਨੇ ਉਹਨਾਂ ਨੂੰ ਮੁਸਤੈਦੀ ਨਾਲ ਕਰ ਰਹੀਆਂ ਨੇ ਔਰ ਆਪਣੇ ਜਿਹੜੇ ਉਸ ਜ਼ਿਲ੍ਹੇ ਦੇ ਜਾਂ ਕਮਿਸ਼ਨਰੇਟ ਦੇ ਜਵਾਨ ਨੇ ਜਾਂ ਆਫੀਸਰਸ ਨੇ ਉਹ ਮੁਸਤੈਦ ਨੇ ਸਰ ਨਫਰੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਿ ਬਹੁਤ ਜ਼ਿਆਦਾ ਨਫਰੀ ਘੱਟ ਹੈ ਉਹਨੂੰ ਲੈ ਕੇ ਤੁਹਾਡੀ ਜਿਹੜੀ ਉੱਚ ਪੱਧਰੀ ਕੋਈ ਮੀਟਿੰਗ ਹੋਈ ਹੋਵੇ ਜਾਂ ਕੋਈ ਸਰਕਾਰ ਨੂੰ ਲਿਖਿਆ ਹੋਵੇ ਨਹੀਂ ਤੁਸੀਂ ਦੇਖਿਆ ਹੋਣਾ ਚੀਫ ਮਿਨਿਸਟਰ ਸਾਹਿਬ ਨੇ ਅਨਾਊਂਸ ਕੀਤਾ ਥੋੜ੍ਹੇ ਦਿਨ ਪਹਿਲਾਂ ਕਿ ਸਾਲ ਵਾਈਜ਼ ਭਰਤੀ ਹੋਏਗੀ ਅਤੇ ਉਹ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਜੇ ਕੋਈ ਨੌਕਰੀ ਦੀ ਸ਼ੋਰਟੇਜ ਹੈ ਤਾਂ ਉਹ ਪੂਰੇ ਕਰਨ ਵਾਸਤੇ ਅਪਰੋਪਰੀਏਟ ਸਟੈਪਸ ਲੈ ਰਹੇ ਨੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਪੰਜਾਬ ਦੇ ਸਾਰੇ ਕਮਿਸ਼ਨਰੇਟਸ ਔਰ ਡਿਸਟ੍ਰਿਕਟਸ ਦੇ ਵਿੱਚ ਜਿਹਦੇ ਵਿੱਚ ਚੰਡੀਗੜ੍ਹ ਤੋਂ ਔਰ ਦੂਜੇ ਜਿਹੜੇ ਸੀਨੀਅਰ ਆਫਿਸਰਸ ਨੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਕਿ ਡਿਸਟ੍ਰਿਕਟਸ ਦੇ ਵਿੱਚ ਜਾ ਕੇ ਉਹਨਾਂ ਨੂੰ ਡਿਸਟ੍ਰਿਕਟ ਪੁਲਿਸ ਨੂੰ ਸਪੋਰਟ ਕਰਨ ਇਹਦੇ ਤਿੰਨ ਮੁੱਖ ਜਿਹੜੇ ਨੇ ਉਦੇਸ਼ ਨੇ ਇੱਕ ਤਾਂ ਕਿ ਜਿੰਨੇ ਵੀ ਉਸ ਜ਼ਿਲ੍ਹੇ ਦੀ ਹਦੂਦ ਦੇ ਵਿੱਚ ਰੇਲਵੇ ਸਟੇਸ਼ਨ ਹੁੰਦੇ ਨੇ ਉਹਨਾਂ 'ਤੇ ਚੈਕਿੰਗ ਕੀਤੀ ਜਾਵੇ ਕੋਈ ਸਸਪੀਸ਼ੀਅਸ ਐਕਟੀਵਿਟੀ ਕੋਈ ਪਰਸਨ ਹੈ ਉਹਦੀ ਸਰਚ ਵਗੈਰਾ ਕੀਤੀ ਜਾਵੇ ਇਸੇ ਤਰੀਕੇ ਨਾਲ ਬੱਸ ਸਟੈਂਡ ਦੇ ਉੱਤੇ ਔਰ ਇੰਪੋਰਟੈਂਟ ਜਿਹੜੇ ਰੂਟਸ ਨੇ ਉਹਨਾਂ 'ਤੇ ਨਾਕੇ ਲਾਏ ਜਾਣ ਇਹ ਸਾਰੀ ਜਿਹੜੀ ਕਾਰਵਾਈ ਹੋ ਰਹੀ ਹੈ ਇਹ ਇੱਕ ਮਤਲਬ ਬੱਸ ਸਟੈਂਡ ਰੇਲਵੇ ਸਟੇਸ਼ਨ ਜਾਂ ਨਾਕੇ ਇੱਕ ਜੀਓਸ ਦੀ ਉਹਦੇ ਸੁਪਰਵੀਜ਼ਨ ਥੱਲੇ ਹੋ ਰਹੀ ਹੈ ਅਤੇ ਆਲ ਓਵਰ ਪੰਜਾਬ ਅੱਜ 11 ਤੋਂ ਲੈ ਕੇ 4 ਦੇ ਵਿੱਚ ਇਹ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਨੇ ਡਿਸਟ੍ਰਿਕਟਸ ਔਰ ਸੀ ਕਮਿਸ਼ਨਰੇਟਸ ਵੈਸੇ ਵੀ ਅਲਰਟ ਨੇ ਵੈਸੇ ਹੀ ਉਹ ਰੂਟੀਨ ਦੇ ਵਿੱਚ ਆਪਣੇ ਜਿਹੜੇ ਨੇ ਸਰਚ ਆਪਰੇਸ਼ਨ ਚਲਾ ਕੇ ਰੱਖਦੇ ਨੇ ਤੁਸੀਂ ਦੇਖਿਆ ਹੋਣਾ ਸੜਕਾਂ 'ਤੇ ਜਾਂ ਰੇਲਵੇ ਸਟੇਸ਼ਨ 'ਤੇ ਜਾਂ ਬੱਸ ਅੱਡਿਆਂ 'ਤੇ ਮਤਲਬ ਠੀਕ ਤਫਰੀ ਤੈਨਾਤ ਹੋਈ ਹੈ ਲੇਕਿਨ ਵਿੱਚ ਵਿੱਚ ਫਿਰ ਵੀ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਨੇ ਉਹਨਾਂ ਸਪੈਸ਼ਲ ਆਪਰੇਸ਼ਨ ਦਾ ਅੱਜ ਹਿੱਸਾ ਹੈ ਸਰ ਹਾਈ ਅਲਰਟ ਤੇ ਸਟੇਟ ਆਪਣਾ ਕੀ ਡਾਇਰੈਕਸ਼ਨ ਦਿੱਤੇ ਜਾ ਰਹੇ ਨੇ ਡਿਸਟ੍ਰਿਕਟ ਨੂੰ ਡਿਸਟ੍ਰਿਕਟਸ ਨੂੰ ਇਹੋ ਹੀ ਡਾਇਰੈਕਸ਼ਨ ਦਿੱਤੇ ਜਾ ਰਹੇ ਨੇ ਕਿ ਡਿਸਟ੍ਰਿਕਟਸ ਜਿਹੜੀਆਂ ਨੇ ਆਪਣੇ ਜਿਹੜੀ ਉਹਨਾਂ ਦੀ ਲੋਅ ਐਂਡ ਆਰਡਰ ਦੇ ਪੱਖੋਂ ਜਿਹੜੀਆਂ ਡਿਊਟੀਆਂ ਨੇ ਉਹਨਾਂ ਨੂੰ ਮੁਸਤੈਦੀ ਨਾਲ ਕਰ ਰਹੀਆਂ ਨੇ ਔਰ ਆਪਣੇ ਜਿਹੜੇ ਉਸ ਜ਼ਿਲ੍ਹੇ ਦੇ ਜਾਂ ਕਮਿਸ਼ਨਰੇਟ ਦੇ ਜਵਾਨ ਨੇ ਜਾਂ ਆਫੀਸਰਸ ਨੇ ਉਹ ਮੁਸਤੈਦ ਨੇ ਸਰ ਨਫਰੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਿ ਬਹੁਤ ਜ਼ਿਆਦਾ ਨਫਰੀ ਘੱਟ ਹੈ ਉਹਨੂੰ ਲੈ ਕੇ ਤੁਹਾਡੀ ਜਿਹੜੀ ਉੱਚ ਪੱਧਰੀ ਕੋਈ ਮੀਟਿੰਗ ਹੋਈ ਹੋਵੇ ਜਾਂ ਕੋਈ ਸਰਕਾਰ ਨੂੰ ਲਿਖਿਆ ਹੋਵੇ ਨਹੀਂ ਤੁਸੀਂ ਦੇਖਿਆ ਹੋਣਾ ਚੀਫ ਮਿਨਿਸਟਰ ਸਾਹਿਬ ਨੇ ਅਨਾਊਂਸ ਕੀਤਾ ਥੋੜ੍ਹੇ ਦਿਨ ਪਹਿਲਾਂ ਕਿ ਸਾਲ ਵਾਈਜ਼ ਭਰਤੀ ਹੋਏਗੀ ਅਤੇ ਉਹ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਜੇ ਕੋਈ ਨੌਕਰੀ ਦੀ ਸ਼ੋਰਟੇਜ ਹੈ ਤਾਂ ਉਹ ਪੂਰੇ ਕਰਨ ਵਾਸਤੇ ਅਪਰੋਪਰੀਏਟ ਸਟੈਪਸ ਲੈ ਰਹੇ ਨੇ